ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਭਰ ਦੇ ਵਿੱਚ ਇੱਕ MSP ਦਾ ਗਰੰਟੀ ਕਾਨੂੰਨ ਬਣਵਾਉਣ ਲਈ ਔਰ ਕਿਸਾਨਾਂ ਦੀ ਕਰਜ਼ ਮਾਫੀ ਲਈ ਕਾਨੂੰਨ ਬਣਾਉਣ ਦੇ ਲਈ ਜੱਦੋਜਹਿਦ ਅਸੀਂ ਕਰ ਰਹੇ ਹਾਂ। ਜਿਹੜੀ ਜਥੇਬੰਦੀ 'ਚ ਉਹ ਆਪਣੀ ਸਮਰੱਥਾ ਵੇਖ ਕੇ ਐਕਸ਼ਨ ਲਵੇ ਨਾ, ਜੇ ਉਹਨਾਂ 'ਚ ਨਹੀਂ ਸਮਰੱਥਾ ਉਹਨਾਂ ਨੂੰ ਉਸ ਤਰ੍ਹਾਂ ਦਾ ਸਟੈਪ ਨਹੀਂ ਪੱਟਣਾ ਚਾਹੀਦਾ। ਦਾਅਵੇ ਜਿੰਨੇ ਮਰਜ਼ੀ ਕਰੀ ਜਾਣ, 400 ਪਾਰ ਕਰ ਜਾਣ, ਜੋ ਮਰਜ਼ੀ ਕਰ ਦੇਣ, ਲੋਕ ਉਹਨਾਂ ਨੂੰ ਪਾਰ ਕਰਾਉਣਗੇ, ਸਮਾਂ ਜਿਹੜਾ ਹੈਗਾ ਉਹ ਆਊਗਾ ਵੀ ਕੀ ਪਾਰ ਕਰਾਉਂਦੇ ਹੈਗੇ ਆ। ਦੋ ਸਾਲ ਬਾਅਦ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਕਿਸਾਨ ਮਜ਼ਦੂਰ ਦਿੱਲੀ ਆਏ ਹੋ, ਇਸ ਵਾਰ ਕੀ ਏਜੰਡਾ ਹੈ? ਦੇਖੋ, ਅਸੀਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਭਰ ਦੇ ਵਿੱਚ ਇੱਕ MSP ਦਾ ਗਰੰਟੀ ਕਾਨੂੰਨ ਬਣਵਾਉਣ ਲਈ ਔਰ ਕਿਸਾਨਾਂ ਦੀ ਕਰਜ਼ ਮਾਫੀ ਲਈ ਕਾਨੂੰਨ ਬਣਾਉਣ ਦੇ ਲਈ ਜੱਦੋਜਹਿਦ ਅਸੀਂ ਕਰ ਰਹੇ ਹਾਂ ਵੀ ਕਿਸਾਨਾਂ ਦਾ ਕਰਜ਼ ਜਿਹੜਾ ਮਾਫ਼ ਹੋਵੇ। ਦਿੱਲੀ ਆਉਣ ਤੋਂ ਪਹਿਲਾਂ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ 'ਚ 3 ਦਿਨ ਦੇ ਮੋਰਚੇ ਲਾਏ। 26 ਜਨਵਰੀ ਨੂੰ 500 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਅਤੇ ਵਹੀਕਲ ਮਾਰਚ ਜਿਹੜੇ ਸੀ ਕੀਤੇ। 16 ਫਰਵਰੀ ਨੂੰ ਜਿਹੜਾ ਸੀ ਭਾਰਤ ਬੰਦ ਕੀਤਾ। ਅਸੀਂ ਇਹ ਮੰਨਦੇ ਹਾਂ, ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਵੀ ਅਸੀਂ ਮੰਨਦੇ ਸੀ ਕਿ ਜਿਹੜੇ 3 ਖੇਤੀ ਕਾਨੂੰਨ ਵਾਲੀ ਲੜਾਈ ਅਸੀਂ ਜਿੱਤੇ ਹਾਂ, MSP ਦਾ ਕਿਲਾ ਇਸ ਤੋਂ ਕਿਤੇ ਵੱਡਾ ਕਿਲਾ, ਔਰ ਉਹਦੇ ਲਈ ਸਾਨੂੰ ਬਹੁਤ ਵੱਡੀ ਫੌਜ ਭਰਤੀ ਕਰਨੀ ਪਏਗੀ। ਉਦੋਂ ਲੜਾਈ 'ਚ ਵੱਡਾ ਹਿੱਸਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੂੰ MSP ਪਹਿਲਾਂ ਮਿਲਦੀ ਸੀ ਪੰਜਾਬ ਅਤੇ ਹਰਿਆਣੇ ਨੂੰ। ਜਿਹੜੇ ਸੂਬਿਆਂ 'ਚ MSP ਨਹੀਂ ਮਿਲਦੀ ਗੀ, NSSO ਦਾ ਵੀ ਅੰਕੜਾ ਕਿ 70% ਕਿਸਾਨੀ ਨੂੰ ਇਹ ਨਹੀਂ ਪਤਾ ਕਿ MSP ਹੁੰਦਾ ਕੀ ਆ, ਉਹਨਾਂ ਨੂੰ ਜਾਗਰਤ ਕਰਨ ਦੀ ਜ਼ਰੂਰਤ ਆ। ਦੂਸਰਾ, ਇੱਕ ਤਾਂ ਵੱਡੀ ਮੂਵਮੈਂਟ ਕਰਨ ਬਣਾਉਣ ਦੀ ਜ਼ਰੂਰਤ ਆ, ਦੂਸਰਾ ਕਿ ਜਿਹੜਾ WTO ਦੀਆਂ ਸ਼ਰਤਾਂ ਨੇ, ਭਾਰਤ ਜਿਹਦਾ ਮੈਂਬਰ ਬਣਿਆ ਹੋਇਆ, WTO ਦੀਆਂ ਸ਼ਰਤਾਂ ਨੇ ਕਿ ਸਰਕਾਰੀ ਖਰੀਦ ਖਤਮ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਖਤਮ ਕੀਤੀ ਜਾਵੇ, ਜਿਹੜੇ ਵਿਦੇਸ਼ੀ ਸਰਮਾਏ ਨੂੰ ਖੁੱਲ੍ਹੀ ਛੁੱਟੀ ਦਿੱਤੀ ਜਾਵੇ, ਵਿਦੇਸ਼ੀ ਬੀਜਾਂ 'ਤੇ ਤੁਹਾਡੀਆਂ ਯੂਨੀਵਰਸਿਟੀਆਂ ਕੋਈ ਜਿਹੜੀ ਆ ਉਹ ਖੋਜ ਜਿਹੜੀ ਨਹੀਂ ਕਰ ਸਕਦੀਆਂ। ਤੋ ਇਹ ਸਾਰੀਆਂ ਕੰਡੀਸ਼ਨਸ ਜਿਹੜੀਆਂ ਨੇ ਸਰਕਾਰ ਨੂੰ ਰੋਕਦੀਆਂ ਨੇ ਕਿ ਉਹ MSP 'ਤੇ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਗਰੰਟੀ ਕਾਨੂੰਨ ਬਣਾਉਣ। ਇੱਕ ਵਿਆਪਕ ਮੂਵਮੈਂਟ ਦੀ ਗੱਲ ਕਰ ਰਹੇ ਹੋ, MSP ਔਰ WTO ਦਾ ਭਾਰਤ 'ਚੋਂ ਬਾਹਰ ਆਉਣ ਨੂੰ 2 ਮੇਜਰ ਮੁੱਦੇ ਜਿਹੜੀ ਤੁਹਾਡੀ ਗੱਲਬਾਤ ਤੋਂ ਸਪਸ਼ਟ ਹੁੰਦੇ ਆ, ਪਰ ਜਿਹੜਾ ਜਿਸ 'ਤੇ ਮੂਵਮੈਂਟ ਦੀ ਵੱਡੀ ਗੱਲ ਹੋਣ ਦੀ ਗੱਲ ਹੈ, ਸੰਯੁਕਤ ਕਿਸਾਨ ਮੋਰਚਾ ਤਾਂ ਵੰਡਿਆ ਪਿਆ, ਥੋੜ੍ਹੇ ਲੋਕ ਜਿਹੜੇ ਆ ਉਹ ਬਾਰਡਰਾਂ 'ਤੇ ਬੈਠ ਗਏ ਅਤੇ ਕੁਛ ਲੋਕ ਤੁਸੀਂ ਦਿੱਲੀ ਆ ਰਹੇ, ਤੁਹਾਡਾ ਆਪਣਾ ਪ੍ਰੋਗਰਾਮ, ਤੁਸੀਂ ਤਾਂ ਵੰਡੇ ਗਏ ਹੋ, ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਹਾਲਤ 'ਚ ਇਹ ਲੜਾਈ ਲੜਨ ਦੇ ਕਾਬਲ ਹੋ? ਜਿਹੜੀ ਜਥੇਬੰਦੀ 'ਚ ਉਹ ਆਪਣੀ ਸਮਰੱਥਾ ਵੇਖ ਕੇ ਐਕਸ਼ਨ ਲਵੇ ਨਾ, ਜੇ ਉਹਨਾਂ 'ਚ ਨਹੀਂ ਸਮਰੱਥਾ ਉਹਨਾਂ ਨੂੰ ਉਸ ਤਰ੍ਹਾਂ ਦਾ ਸਟੈਪ ਨਹੀਂ ਪੱਟਣਾ ਚਾਹੀਦਾ, ਫਿਰ ਦੂਜਿਆਂ ਨੂੰ ਕਹੋ ਤੁਸੀਂ ਨਹੀਂ ਆਉਂਦੇਗੇ, ਫਿਰ ਯੂਨਿਟੀ ਕਰੋ, ਯੂਨਿਟੀ ਤੁਸੀਂ ਕਰਨਾ ਨਹੀਂ ਚਾਹੁੰਦੇਗੇ। ਤੁਸੀਂ ਇਹ ਦੇਖੋ ਕਿ ਜਿਹੜਾ ਨੌਜਵਾਨ ਉੱਥੇ ਸ਼ਹੀਦ ਹੋਇਆ ਉਹਦਾ ਜਿਹੜਾ ਸ਼ਰਧਾਂਜਲੀ ਸਮਾਗਮ ਸੀਗਾ, ਡੱਲੇਵਾਲ ਸਾਹਿਬ ਖੁਦ ਕਹਿ ਰਹੇ ਕਿ ਉਹ ਸਰਕਾਰੀ ਸੀਗਾ, ਔਰ ਉੱਥੇ SKM ਦੇ ਕਿਸੇ ਵੀ ਲੀਡਰ ਨੂੰ ਜਿਹੜਾ ਬੋਲਣ ਤੱਕ ਨਹੀਂ ਦਿੱਤਾ ਗਿਆ ਕਿ ਸ਼ਰਧਾਂਜਲੀ ਸਮਾਗਮ ਜਦੋਂ ਕਿਤੇ ਮੌਤ ਹੋ ਜੇ ਉੱਥੇ ਕੋਈ ਅਫਸੋਸ ਕਰਨ ਜਾਵੇ। ਤੁਸੀਂ ਸ਼ਰਧਾਂਜਲੀ ਦੇਣੀ, ਅਫਸੋਸ ਪ੍ਰਗਟ ਕਰਨਾ ਹੀ ਹੁੰਦਾ ਨਾ, ਤੁਸੀਂ ਅਫਸੋਸ ਵੀ ਨਾ ਪ੍ਰਗਟ ਕਰਨ ਦਿਓ ਤਾਂ ਫਿਰ ਅਸੀਂ ਆਪਣੀਆਂ ਜਥੇਬੰਦੀਆਂ ਮਗਰ ਉਹਨਾਂ ਦੇ ਕਿਵੇਂ ਜਾ ਸਕਦੇ ਹੈਗੇ ਆ? ਉਹ ਕਹਿੰਦੇ ਕਿ ਫੈਸਲਾ ਅਸੀਂ ਉਹੀ ਕਰਾਂਗੇ, ਸਾਡੀਆਂ ਸ਼ਰਤਾਂ ਮੁਤਾਬਕ ਸਾਡੇ ਦੇ ਵਿੱਚ ਆ ਜਾਓ। ਉਹਨਾਂ ਦੀ ਕੀ ਸ਼ਰਤ ਆ? ਉਹਨਾਂ 'ਚੋਂ ਇੱਕ ਧਿਰ ਲਾਲ ਕਿਲੇ 'ਚ ਜਾਣ ਵਾਲੀ ਹੈਗੀ ਆ, ਅੰਦੋਲਨ ਨੂੰ ਤੋੜਨ ਦੀ ਉਦੋਂ ਕੋਸ਼ਿਸ਼ ਕੀਤੀ ਗਈ, ਅਸੀਂ ਉਹਨਾਂ ਦੇ ਮਗਰ ਕਿਵੇਂ ਚਲੇ ਜਾਈਏ? ਅਸੀਂ ਵੱਡਾ ਅੰਦੋਲਨ ਜਿਹੜਾ ਹੈਗਾ ਉਸਾਰਨਾ ਚਾਹੁੰਦੇ ਹਾਂ।
ਸਾਡੀ ਉਦੋਂ ਵੀ ਅੰਡਰਸਟੈਂਡਿੰਗ ਸੀਗੀ ਕਿ ਛੋਟੀ ਮੋਟੀ ਯੂਨਿਟੀ ਦੇ ਨਾਲ, ਛੋਟੇ ਮੋਟੇ ਇਕੱਠ ਦੇ ਨਾਲ MSP 'ਤੇ ਕਾਨੂੰਨ ਨਹੀਂ ਬਣ ਸਕਦਾ। ਬਿਹਾਰ 'ਚ ਸਰਕਾਰੀ ਖਰੀਦ ਗਰੰਟੀ ਦਾ ਕਾਨੂੰਨ ਬਿਹਾਰ 'ਚ ਮੂਵਮੈਂਟ ਨਾ ਹੋਵੇ, ਪੰਜਾਬ 'ਚ ਧਰਨਾ ਲਾ ਕੇ ਬਣਵਾ ਦਾਂਗੇ। ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਹੜੇ ਬੰਦਿਆਂ ਨੇ MSP ਪੰਜਾਬ ਅਤੇ ਹਰਿਆਣੇ ਨੂੰ ਜਿੰਨੀ ਮਿਲਦੀ ਆ ਉਹਨਾਂ ਨੂੰ ਪਤਾ ਇਹਦੀ ਵੈਲਿਊ ਕੀ ਆ, ਇਸ ਕਰਕੇ ਉਹ ਲੜੇ ਆ। ਦੂਜੇ ਸਟੇਟਾਂ ਨੂੰ ਨਹੀਂ ਵੈਲਿਊ ਪਤਾ ਗੀ, ਜਿਹਨੂੰ ਇਹ ਲੱਗਦਾ ਕਿ ਉਹ ਇਹਨਾਂ ਦਿਨਾਂ 'ਚ ਕੋਈ ਇੱਕ ਸੂਬੇ ਦਾ ਧਰਨਾ ਲਾ ਕੇ MSP ਦਾ ਕਾਨੂੰਨ ਪੂਰੇ ਮੁਲਕ 'ਚ ਬਣਵਾ ਦੇਣਗੇ, ਉਹਨਾਂ ਨੂੰ ਆਪਣਾ ਭੁਲੇਖਾ ਕੱਢ ਲੈਣਾ ਚਾਹੀਦਾ, ਭੁਲੇਖਾ ਜਲਦੀ ਨਿਕਲ ਜਾਣਾ ਹੈਗਾ। ਅੱਛਾ, ਇਹ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਨੇ ਉਹਨਾਂ ਦੇ ਨਾਲ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ, ਸਰਕਾਰ ਜਿਹੜੀ ਉਹਨਾਂ ਨੂੰ ਔਫਰ ਕਰ ਰਹੀ ਸੀ, ਉਹ ਕਰ ਰਹੀ ਸੀ ਪੰਜ ਜਿਹੜੀਆਂ ਫਸਲਾਂ ਉਹਨਾਂ ਦੇ ਉੱਤੇ MSP ਦੀ ਕਹਿ ਰਹੇ, ਸਰਕਾਰ ਜਿਵੇਂ ਕਲੇਮ ਕਰਦੀ ਕਿ ਅਸੀਂ MSP ਦੇਣ ਨੂੰ ਪੰਜ ਫਸਲਾਂ 'ਤੇ ਦੇਣ ਨੂੰ ਤਿਆਰ ਹੈ, ਅਤੇ ਕੈਬਨਿਟ ਨੇ ਇਹ ਡਿਸੀਜਨ ਵੀ ਲਿਆ ਹੈ। ਅਤੇ ਸੰਯੁਕਤ ਕਿਸਾਨ ਮੋਰਚੇ ਨੇ ਪੰਜ ਫਸਲਾਂ ਦੇ ਉੱਤੇ MSP ਦਾ ਫਾਰਮੂਲਾ ਰੱਦ ਕਿਉਂ ਕੀਤਾ? ਦੇਖੋ, ਉਹਦੇ 'ਚ ਪਹਿਲੀ ਗੱਲ ਕਰ ਲਈਏ ਆਪਾਂ ਕਪਾਹ ਦੀ, ਜਿੰਨੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਜਿਹੜੀ ਉਹਦੀ ਕਾਟਨ ਬੈਲਟ ਆ ਉਹ GM ਬੀਜਾਂ ਕਰਕੇ ਤਬਾਹ ਹੋਈ ਆ, MSP ਦਾ ਤਾਂ ਇਸ਼ੂ ਹੀ ਨਹੀਂ ਹੈ ਉੱਥੇ। ਨਰਮਾ ਪੱਟੀ ਸਾਰੀ ਪੰਜਾਬ 'ਚ ਸਭ ਤੋਂ ਪਹਿਲਾਂ ਖੁਦਕੁਸ਼ੀਆਂ ਨਰਮਾ ਪੱਟੀ 'ਚ ਹੋਣੀਆਂ ਸ਼ੁਰੂ ਹੋਈਆਂ। ਮਾਝੇ ਦੁਆਬੇ 'ਚ ਤਾਂ ਖੁਦਕੁਸ਼ੀਆਂ ਹੁੰਦੀਆਂ ਨਹੀਂ ਸੀਗੀਆਂ, ਮਾਲਵੇ ਦੀ ਨਰਮਾ ਪੱਟੀ 'ਚ ਹੋਣੀਆਂ ਸ਼ੁਰੂ ਹੋਈਆਂ। ਕੈਂਸਰ ਬੈਲਟ ਉਹ ਬਣੀ, ਉਹਦਾ ਰੀਜ਼ਨ ਜਿਹੜਾ ਸੀਗਾ ਉਹ ਇੱਥੋਂ ਦੇ ਬੀਜ ਸੀਗੇ ਕਿ WTO ਦੀਆਂ ਸ਼ਰਤਾਂ ਮੁਤਾਬਕ ਵਿਦੇਸ਼ੀ ਬੀਜ ਕੋਈ ਨੁਕਸ ਪੈ ਜੇ ਤੁਹਾਡੀ ਯੂਨੀਵਰਸਿਟੀ ਉੱਤੇ ਕੋਈ ਖੋਜ ਨਹੀਂ ਕਰ ਸਕਦੀ। ਭਾਰਤ ਨੇ ਪਰਮਾਣੂ ਬੰਬਤਾ ਬਣਾ ਲਿਆ ਕਿਸੇ ਮੁਲਕ ਨੂੰ ਖਤਮ ਕਰਨ ਲਈ, ਅਮਰੀਕੀ ਸੁੰਡੀ ਖਤਮ ਕਰਨ ਲਈ ਉਹਨਾਂ ਤੋਂ ਦਵਾਈ ਨਾ ਬਣੀ, ਕਿਉਂਕਿ WTO ਦੀਆਂ ਸ਼ਰਤਾਂ 'ਚ ਬੱਝੇ ਹੋਏ ਸੀਗੇ। ਇਸ ਕਰਕੇ ਜਿੰਨਾ ਚਿਰ ਸਾਡੇ ਦੇਸੀ ਬੀਜਾਂ 'ਤੇ ਖੋਜ ਨਹੀਂ ਹੁੰਦੀ ਗੀ, ਉਹਨਾਂ ਚਿਰ ਲੋਕ ਨਰਮੇ ਕਪਾਹ ਵਾਲੇ ਪਾਸੇ ਕਿਵੇਂ ਆ ਜਾਣਗੇ? ਨਰਮਾ ਪੱਟੀ ਤਾਂ ਸਾਰੀ ਬਰਬਾਦ ਹੋ ਗਈ। ਇਸ ਕਰਕੇ ਮਾਮਲਾ ਖੇਤੀ ਖੋਜ ਨੂੰ ਸਾਡੀਆਂ ਲੋਕਲ ਨੀਡਸ ਅਤੇ ਲੋਕਲ ਇਨਵਾਇਰਮੈਂਟ ਮੁਤਾਬਕ ਕਰਨ ਦਾ, ਪਹਿਲੀ ਗੱਲ ਇਹ। ਦੂਸਰੀ ਗੱਲ, ਜਿਹੜੀਆਂ ਤਿੰਨ ਦਾਲਾਂ ਵਾਲੀ ਕਹੀ ਆ, ਤੁਸੀਂ PAU 'ਚੋਂ ਪੁੱਛ ਲਓ ਕਿ ਜਿਹੜੇ ਪਲਾਂਟ ਬਰੀਡਿੰਗ ਦੇ ਸਾਇੰਟਿਸਟ ਆ ਉਹ ਕਿੱਥੇ ਡਿਪਲਾਏ ਕੀਤੇ ਹੋਏ ਆ? ਸਾਡੇ ਵੇਂਦਿਆਂ ਲਾਲੀ ਜੀ 40 ਤੋਂ 90-100 ਮਣ ਤੱਕ ਝੋਨੇ ਦਾ ਝਾੜ ਗਿਆ, ਕਣਕ ਦਾ ਝਾੜ 5 ਮਣ ਤੋਂ 10 ਮਣ ਤੋਂ ਜਿਹੜਾ ਸੀ 50-60 ਮਣ ਤੱਕ ਗਿਆ, ਦਾਲਾਂ ਦਾ ਝਾੜ ਕਿੱਥੇ ਖੜਾ? ਦਾਲਾਂ 12-15 ਮਣ 'ਤੇ ਖੜੀਆਂ ਨੇ। ਦਾਲਾਂ ਕਿਉਂ ਨਹੀਂ 50 ਮਣ ਵਾਲੀ ਕਿਸਮ ਆਉਂਦੀ? ਛੋਲੇ ਕਿਉਂ ਨਹੀਂ 60 ਮਣ ਵਾਲੀ ਕਿਸਮ ਆਉਂਦੀ ਗੀ? ਸਰਕਾਰ ਬੇਵਕੂਫ਼ ਬਣਾ ਰਹੀ ਹੈਗੀ ਆ। ਜੇ ਤੁਸੀਂ ਖੇਤੀ ਖੋਜ ਸਾਡੀਆਂ ਲੋੜਾਂ ਮੁਤਾਬਕ ਨਹੀਂ ਕਰਦੇ ਗੇ, 75,000 ਕਰੋੜ ਦੀ ਦਾਲ ਹਰ ਸਾਲ ਕੈਨੇਡਾ ਤੋਂ ਮੰਗਾਈ ਜਾਂਦੀ ਹੈ, 22 ਜਿਹੜਾ ਸੀਗਾ ਮਿਲੀਅਨ ਟਨ ਜਿਹੜਾ ਐਡੀਬਲ ਆਇਲ ਐਵਰੇਜ ਹਰ ਸਾਲ ਬਾਹਰੋਂ ਮੰਗਾਇਆ ਜਾਂਦਾ, ਸਾਡੀ ਸਰੋਂ ਸੂਰਜਮੁਖੀ ਜਿਹੜਾ ਹੈਗਾ ਉਹ ਨਹੀਂ ਖਰੀਦਿਆ ਜਾਂਦਾ ਗਾ, ਉਹ ਇਸ ਕਰਕੇ ਕਿਉਂਕਿ WTO ਦੀਆਂ ਸ਼ਰਤਾਂ ਮੁਤਾਬਕ ਆ। ਅਸੀਂ ਕਹਿੰਦੇ ਕਿ ਖੇਤੀ ਖੋਜ ਸਾਡੀਆਂ ਲੋੜਾਂ ਮੁਤਾਬਕ ਹੋਵੇ। ਜੇ ਅੱਜ 12-15 ਮਣ ਦਾਲ ਨਿਕਲਦੀ ਆ, ਮੈਂ ਝੋਨਾ ਬੀਜਦਾ, ਤੁਸੀਂ ਮੈਨੂੰ ਖਰੀਦ ਦੀ ਗਰੰਟੀ ਕਰ ਦਿਓ ਦਾਲ ਦੀ। ਜੇ ਮੇਰਾ ਝੋਨਾ 70,000 ਦਾ ਨਿਕਲਦਾ, ਕਣਕ ਮੇਰੀ 45,000 ਦੀ ਨਿਕਲਦੀ ਆ, ਖਰੀਦ ਦੀ ਗਰੰਟੀ ਕਰ ਦਿਓ ਦਾਲ, ਦਾਲ 25,000 ਦੀ ਨਿਕਲਣੀ ਆ, ਮੈਂ ਆੜ੍ਹਤੀਏ ਦੇ ਵੀ ਪੈਸੇ ਦੇਣੇ, ਬੈਂਕਾਂ ਦੇ ਪੈਸੇ ਦੇਣੇ, ਮੈਂ ਦਾਲ ਕਿਉਂ ਬੀਜੂੰਗਾ? ਦਾਲ ਦੀ ਯੀਲਡ ਵੀ ਉੱਥੋਂ ਤੱਕ ਆਵੇ ਨਾ। ਸਰਕਾਰ ਬੇਵਕੂਫ ਬਣਾ ਰਹੀ ਆ, ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਲੈ ਰਹੀ ਆ ਕਿ ਜਿਹੜੀਆਂ ਐਲਾਨ ਵਜੋਂ ਐਂ ਲੱਗੇ ਕਿ ਬਹੁਤ ਕੁਛ ਕਰ ਰਹੀ ਆ, ਪਰ ਅਮਲ ਦੇ ਵਿੱਚ ਉਹਦਾ ਗਰਾਊਂਡ 'ਤੇ ਕਿਸਾਨੀ ਨੂੰ ਕੋਈ ਫਾਇਦਾ ਜਿਹੜਾ ਹੈਗਾ ਉਹ ਹੋਣ ਵਾਲਾ ਨਹੀਂ ਗਾ। ਫਿਰ ਅਗਲੀ ਗੱਲ, ਉਹ 5 ਸਾਲ ਹੀ ਕਰਤਾ, ਕਿਉਂ 5 ਸਾਲ ਹੀ ਦਾਲ ਖਾਣੀ ਇਸ ਮੁਲਕ ਦੇ ਲੋਕਾਂ ਨੇ, ਠੀਕ ਆ। ਇਸ ਕਰਕੇ ਸਮੁੱਚੀ ਜਿਹੜੀ ਖੇਤੀ ਨੀਤੀ ਆ, ਖੇਤੀ ਖੋਜ, ਕਾਰਪੋਰੇਟ ਨੂੰ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕੀਤਾ ਜਾਵੇ, ਵਿਦੇਸ਼ੀ ਬੀਜਾਂ 'ਤੇ ਪਾਬੰਦੀ ਲਗਾਈ ਜਾਵੇ, ਸਾਡੇ ਬੀਜਾਂ 'ਤੇ ਜਿਹੜੀ ਖੋਜ ਕੀਤੀ ਜਾਵੇ ਉਹਦੀ ਯੀਲਡ ਵਧਾਈ ਜਾਵੇ, ਔਰ ਸਾਰੀਆਂ ਫਸਲਾਂ ਦੀ ਖਰੀਦ ਦੀ ਜਿਹੜੀ MSP ਫਾਰਮੂਲੇ ਮੁਤਾਬਕ ਖਰੀਦ ਦੀ ਗਰੰਟੀ ਕੀਤੀ ਜਾਵੇ, ਤਾਂ ਕਿਸਾਨੀ ਸੰਕਟ ਹੱਲ ਹੋਣਾ, ਐਂ ਕਿਸ਼ਤਾਂ ਦੇ ਵਿੱਚ ਜਾਂ ਟੋਟਿਆਂ ਦੇ ਵਿੱਚ ਹੱਲ ਜਿਹੜਾ ਨਹੀਂ ਹੋਣਾ। ਅਤੇ ਜਿਹੜਾ ਜਿਸ ਤਰ੍ਹਾਂ ਦੇ ਹੁਣ ਹਾਲਾਤ ਲੱਗ ਰਹੇ ਆ, ਅਜੇ ਕੋਈ ਇਸ ਤਰ੍ਹਾਂ ਦਾ ਹਾਲਾਤ ਨਹੀਂ ਲੱਗਦਾ ਕਿ ਸਰਕਾਰ ਤੁਹਾਡੀਆਂ ਇਹ ਗੱਲਾਂ 'ਤੇ ਈਵਨ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੀ ਹੈ ਜਾਂ
ਕਰਨ ਦੇ ਮੂਡ 'ਚ ਦਿਖ ਰਹੀ ਹੈ। ਉੱਤੋਂ ਇਲੈਕਸ਼ਨ ਜਿਹੜਾ ਹੈ ਆ ਗਿਆ, ਜਦੋਂ ਇਲੈਕਸ਼ਨ ਆ ਰਿਹਾ ਹੈ ਤਾਂ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਵੀ ਬਹੁਤਾ ਦਿਖਦੀ ਨਹੀਂ ਹੈ, ਅਤੇ ਫਿਰ ਤੁਹਾਡੀ ਰਣਨੀਤੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ? ਦੇਖੋ, ਅਸੀਂ ਲਗਾਤਾਰ ਮੂਵਮੈਂਟ ਉਸਾਰਨ ਦੀ ਕੋਸ਼ਿਸ਼ ਕਰ ਰਹੇ, ਮੈਂ ਆਲਰੇਡੀ ਤੁਹਾਨੂੰ ਜਿਹੜਾ ਦੱਸ ਚੁੱਕਾ। ਆਹ ਮਾਂ ਕਿਸਾਨ ਪੰਚਾਇਤ ਵੀ ਜਿਹੜੀ ਸੀ ਉਹ ਇਸੇ 'ਚ ਹੀ ਆ, ਜਿਹੜੀਆਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਅਸੀਂ ਐਕਸਪੋਜ਼ ਕਰਾਂਗੇ ਲੋਕਾਂ ਦੇ ਵਿੱਚ, ਆਪਣੀ ਕਿਸਾਨੀ ਨੂੰ ਮੁਲਕ ਭਰ ਦੇ ਵਿੱਚ ਜਾਗਰਤ ਕਰਾਂਗੇ ਕਿ ਵੀ ਇਹ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਤੁਹਾਨੂੰ ਵੰਡ ਕੇ ਲੜਾ ਕੇ ਤੁਹਾਡੀ ਰੋਜ਼ੀ ਰੋਟੀ ਜਿਹੜੀ ਹੈਗੀ ਆ ਖੋ ਰਹੇ ਹੈਗੇ ਆ, ਸਾਰਾ ਕੁਛ ਕਾਰਪੋਰੇਟ ਘਰਾਣੇ ਨੂੰ ਲੁਟਾ ਰਿਹਾ ਹੈਗਾ। ਦੇਖੋ, ਇਸ ਪਹਿਲੇ ਕਿਸਾਨ ਅੰਦੋਲਨ ਦੇ ਨਾਲ ਨੌਰਥ ਇੰਡੀਆ ਦੇ ਇੱਕ ਹਿੱਸੇ ਦੇ ਵਿੱਚ ਕਿਸਾਨਾਂ 'ਚ ਜਥੇਬੰਦਕ ਚੇਤਨਾ ਆਈ ਆ ਕਿ ਜਥੇਬੰਦ ਹੋਣਾ ਚਾਹੀਦਾ। ਕਿਸਾਨੀ ਦੀ ਸੰਕਟ ਕੀ ਆ, ਉਹਦਾ ਹੱਲ ਕੀ ਆ, ਉਹਦੇ 'ਤੇ ਕਿੱਡੀ ਮੂਵਮੈਂਟ ਦੀ ਜ਼ਰੂਰਤ ਆ, ਇਸ ਪਾਸੇ ਕਿਸਾਨਾਂ ਦੀ ਚੇਤਨਾ ਨੇ ਅੱਗੇ ਅਜੇ ਵਧਣਾ ਹੈਗਾ ਔਰ ਉਸ ਪਾਸੇ ਯਤਨਸ਼ੀਲ ਆ।